ਬੇਹੱਦ ਮੰਦਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਵਿਆਹ ਦੇ ਦੌਰਾਨ ਹੀ ਲਾੜੀ ਦੀ ਮੌਤ ਹੋ ਗਈ ਹੈ, ਦੁਖਦਾਈ ਖਬਰ ਹੈ। ਵਿਆਹ ਦੀਆਂ ਖੁਸ਼ੀਆਂ ਮਾਤਮ 'ਚ ਤਬਦੀਲ ਹੋ ਗਈਆਂ। ਦੱਸ ਦਈਏ ਕਿ ਲਾਵਾਂ ਤੋਂ ਬਾਅਦ ਜਦੋਂ ਲਾੜੀ ਵਰਮਾਲਾ ਲਈ ਜਾ ਰਹੀ ਸੀ ਤਾਂ ਇਸ ਦੌਰਾਨ ਲਾੜੀ ਦੀ ਤਬੀਅਤ ਵਿਗੜ ਗਈ ਤੇ ਉਸ ਦੀ ਮੌਤ ਹੋ ਗਈ ਹੈ, ਤਾਂ ਬੇਹੱਦ ਦੁਖਦਾਈ ਖਬਰ ਹੈ। ਵਿਆਹ ਦੇ ਦੌਰਾਨ ਹੀ ਦੁਲਹਨ ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਵਿਆਹ ਚੱਲ ਰਿਹਾ ਸੀ, ਲਾਵਾਂ ਹੋ ਚੁੱਕੀਆਂ ਸੀ, ਫੇਰੇ ਹੋ ਚੁੱਕੇ ਸੀ, ਤਾਂ ਇਸ ਦੌਰਾਨ ਜਦੋਂ ਵਰਮਾਲਾ ਦਾ ਸਮਾਂ ਸੀ, ਜਦੋਂ ਜੈਮਾਲਾ ਪਹਿਨਾਈ ਜਾਣੀ ਸੀ, ਉਸ ਤੋਂ ਪਹਿਲਾਂ ਹੀ ਲਾੜੀ ਦੀ ਅਚਾਨਕ ਤਬੀਅਤ ਵਿਗੜ ਗਈ ਅਤੇ ਉਸ ਦੀ ਮੌਤ ਹੋ ਗਈ, ਤਾਂ ਵਿਆਹ ਦੌਰਾਨ ਹੀ ਲਾੜੀ ਦੀ ਮੌਤ ਹੋ ਗਈ ਹੈ। ਮਾਤਮ ਦੇ ਵਿੱਚ ਖੁਸ਼ੀਆਂ ਤਬਦੀਲ ਹੋ ਗਈਆਂ ਨੇ, ਜੈਮਾਲਾ ਦੌਰਾਨ ਲਾੜੀ ਦੀ ਤਬੀਅਤ ਵਿਗੜੀ ਹੈ ਤੇ ਪੂਰਾ ਪਰਿਵਾਰ ਰੋਂਦਾ ਰਹਿ ਗਿਆ ਹੈ। ਪਿੰਡ ਦੇ ਵਿੱਚ, ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ। ਹਾਲਾਂਕਿ ਕਾਰਨ ਕੀ ਰਹੇ ਨੇ ਇਸ ਦਾ ਪਤਾ ਹਾਲੇ ਨਹੀਂ ਲੱਗ ਸਕਿਆ ਹੈ। ਤਾਂ ਦੱਸ ਦਈਏ ਕਿ ਨੀਲਮ ਰਾਣੀ ਦਾ ਵਿਆਹ ਹੋ ਰਿਹਾ ਸੀ ਗੁਰਪ੍ਰੀਤ ਦੇ ਨਾਲ ਤੇ ਉਸ ਦੌਰਾਨ ਉਸ ਦੀ ਤਬੀਅਤ ਵਿਗੜ ਗਈ ਤੇ ਉਸ ਦੀ ਮੌਤ ਹੋ ਗਈ ਹੈ। ਖਬਰ ਫਾਜ਼ਿਲਕਾ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਵਿਆਹ ਦੇ ਦੌਰਾਨ ਹੀ ਇੱਕ ਲਾੜੀ ਦੀ, ਇੱਕ ਦੁਲਹਨ ਦੀ ਮੌਤ ਹੋ ਗਈ ਹੈ।